ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਯਾਰ ਅਨਰ ਸਿੰਘ ਬਰਾਡ ਵੱਲੋਂ ਜੀ ਫਰਾਂਸ ਦੀ ਗਵਰਨਮੈਂਟ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਕੋਲ ਫਰਾਂਸ ਦੇ ਪੇਪਰ ਨਹੀਂ ਹੈਗੇ ਫਰਾਂਸ ਦੇ ਵਿੱਚ ਐਂਟਰ ਹੁੰਦੇ ਨੇ ਚਾਹੇ ਉਹ 에어ਪੋਰਟ ਤੇ ਆਉਣ ਚਾਹੇ ਟ੍ਰੇਨ ਸਟੇਸ਼ਨ ਤੇ ਆਉਣ ਜਿੱਥੇ ਕਿ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਜਾਂਦਾ ਹੈ ਹਰ ਇੱਕ ਦਾ ਕੋਈ ਵੀ ਫਰਾਂਸ ਦੇ ਵਿੱਚ ਐਂਟਰ ਹੁੰਦਾ ਹੈ ਚਾਹੇ ਕਿਸੇ ਵੀ ਕੰਟਰੀ ਤੋਂ ਆਇਆ ਹੋਵੇ ਗਵਰਨਮੈਂਟ ਨੇ ਹੁਣ ਇਹ ਐਲਾਨ ਕੀਤਾ ਹੈ ਕਿ 7 ਜੁਲਾਈ ਤੋਂ ਯਾਨੀ ਕਿ ਆਉਣ ਵਾਲੀ 7 ਤਰੀਕ ਤੋਂ ਹਰ ਇੱਕ ਤੋਂ ਟੈਸਟ ਦੇ ਪੈਸੇ ਲਏ ਜਾਣਗੇ 49 ਯੂਰੋ ਪੀਸੀਆਰ ਦੇ ਐਂਟੀਜਨਿਕ ਟੈਸਟ ਦੇ 29 ਯੂਰੋ ਲਏ ਜਾਣਗੇ ਉਹਨਾਂ ਤੋਂ ਪੈਸੇ ਨਹੀਂ ਲਏ ਜਾਣਗੇ ਜਿਨ੍ਹਾਂ ਕੋਲ ਫਰਾਂਸ ਦੇ ਪੇਪਰ ਹਨ ਬਾਕੀ ਜਿਨ੍ਹਾਂ ਕੋਲੇ ਪੁਰਤਗਾਲ ਦੇ ਜਾਂ ਇਟਲੀ ਦੇ ਸਪੇਨ ਦੇ ਜਾਂ ਬੈਲਜੀਅਮ ਦੇ ਜਾਂ ਕਿਸੇ ਹੋਰ ਕੰਟਰੀ ਦੇ ਪੇਪਰ ਨੇ ਜਾਂ ਕਿਸੇ ਕੋਲ ਟੂਰਿਸਟ ਵੀਜ਼ਾ ਹੈ ਤਾਂ ਉਹਨਾਂ ਤੋਂ ਇਸ ਟੈਸਟ ਦੇ ਪੈਸੇ ਲੈ ਜਾਣਗੇ ਤੇ ਫੇਰ ਹੀ ਜਿਹੜੇ ਕਿ ਉਹਨਾਂ ਨੂੰ ਰਿਪੋਰਟ ਦਿੱਤੀ ਜਾਊਗੀ ਤੇ ਫੇਰ ਹੀ ਉਹਨਾਂ ਨੂੰ 에어ਪੋਰਟ ਤੋਂ ਬਾਹਰ ਜਾਣ ਦਿੱਤਾ ਜਾਊਗਾ ਕਿਹਨਾਂ ਮਤਲਬ ਕਿ ਪੇਮੈਂਟ ਉਹਨਾਂ ਨੂੰ ਕਰਨੀ ਪੈਣੀ ਹੈ ਜੀ ਯੂਰਪ ਨੇ ਹਜੇ ਕੋਵਿਡ ਸ਼ੀਲਡ ਜਿਹੜੀ ਵੈਕਸੀਨ ਆ ਉਸ ਨੂੰ ਮਾਨਤਾ ਨਹੀਂ ਦਿੱਤੀ ਕੋਵਿਡ ਸ਼ੀਲਡ ਵੈਕਸੀਨ ਜਿਹੜੀ ਆ ਉਹ ਇੰਡੀਆ ਦੇ ਵਿੱਚ ਲਗਾਈ ਜਾ ਰਹੀ ਆ ਤੇ ਇਹ ਜਿਹੜੀ ਵੈਕਸੀਨ ਆ ਕਿਹਾ ਜਾ ਰਿਹਾ ਕਿ ਅਸਟਰਾਜੇਨਿਕਾ ਦੀ ਹੀ ਕੰਪਨੀ ਆ ਤੇ ਉਹਨਾਂ ਵੱਲੋਂ ਹੀ ਲਗਾਈ ਜਾ ਰਹੀ ਆ ਜੇਕਰ ਕੋਈ ਵੀ ਮੇਰਾ ਵੀਰ ਪੈਣਪਰਾ ਆਹਾ ਵੈਕਸੀਨ ਇੰਡੀਆ ਤੋਂ ਤੁਹਾਡੇ ਲੱਗੀ ਹੋਈ ਆ ਤਾਂ ਥੋੜਾ ਜਿਹਾ ਧਿਆਨ ਦੇ ਨਾਲ ਕਿਉਂਕਿ ਯੂਰਪ ਵਾਲਿਆਂ ਨੇ ਕੱਲੀ ਫਾਈਜ਼ਰ, ਮਾਡਰਨ, ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਹੀ ਮਾਨਤਾ ਦਿੱਤੀ ਹੋਈ ਆ ਹਜੇ ਤੱਕ ਤਾਂ ਕੋਈ ਚੱਕਰ ਨਹੀਂ ਹੈਗਾ ਜੇਕਰ ਤੁਸੀਂ ਲਗਵਾ ਲਈਏ ਤਾਂ ਵੀ ਠੀਕ ਹੈ ਜੇਕਰ ਨਹੀਂ ਲਗਵਾਈ ਤਾਂ ਵੀ ਕੋਈ ਗੱਲ ਨਹੀਂ ਹੈਗੀ ਤੁਸੀਂ ਜਿਹੜੀ ਕੰਟਰੀ ਦੇ ਤੁਹਾਡੇ ਕੋਲ ਪੇਪਰ ਹੈਗੇ ਆ ਤੁਸੀਂ ਉਸ ਕੰਟਰੀ ਦੇ ਵਿੱਚ ਆ ਕੇ ਇੱਕ ਵਾਰੀ ਡਾਕਟਰ ਦੀ ਸਲਾਹ ਲੈ ਕੇ ਜਰੂਰ ਆਪਣੇ ਵੈਕਸੀਨ ਲਗਵਾਓ ਵੀ ਸਾਡੇ ਆਹ ਲੱਗੀ ਹੋਈ ਆ ਵੀ ਇਹ ਚੱਲ ਜੂਗੀ ਜਾਂ ਸਾਨੂੰ ਇੱਥੇ ਲਗਾਉਣੀ ਪੈਣੀ ਹੈ ਜਾਂ ਸਾਨੂੰ ਕੋਈ ਰਿਐਕਸ਼ਨ ਤਾਂ ਨਹੀਂ ਹੋਵੇਗਾ ਜੇ ਅਸੀਂ ਇੱਥੇ ਵੀ ਲਗਵਾ ਲੈਨੇ ਆ ਜੇਕਰ ਤੁਸੀਂ ਯੂਰਪ ਦੇ ਵਿੱਚ ਆ ਰਹੇ ਹੋ ਤਾਂ ਤੁਹਾਡੇ ਕੋਲ ਪੀਸੀਆਰ ਟੈਸਟ ਹੋਣਾ ਜ਼ਰੂਰੀ ਹੈ ਤੇ ਤੁਹਾਨੂੰ 14 ਦਿਨਾਂ ਵਾਸਤੇ ਕਵਾਰੰਟਾਈਨ ਵੀ ਜਿਹੜਾ ਕਿ ਰਹਿਣਾ ਪੈਣਾ ਹੈ ਜੀ ਫਰਾਂਸ ਦੇ ਸਿਹਤ ਮੰਤਰੀ ਨੇ ਤੇ ਪ੍ਰੀਮੀਅਰ ਮਿਨਿਸਟਰ ਨੇ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਹਸਪੀਟਲ ਦੇ ਵਿੱਚ ਕੰਮ ਕਰਦੇ ਨੇ ਨਰਸਾਂ ਡਾਕਟਰ ਉਹਨਾਂ ਦੇ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ ਕਿਉਂਕਿ ਉਹ ਜਾਦਾ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤੇ ਕੇਸ ਫਰਾਂਸ ਦੇ ਵਿੱਚ ਵੱਧ ਰਹੇ ਨੇ ਹੋ ਸਕਦਾ ਹੈ ਚੌਥੀ ਵਾਰ ਵਾਇਰਸ ਚੌਥੀ ਵਾਗ ਵੀ ਜਿਹੜੀ ਕਿ ਪੈਰਿਸ ਦੇ ਵਿੱਚ ਯਾਨੀ ਕਿ ਚੌਥੀ ਲਹਿਰ ਕਹਿ ਸਕਦੇ ਆਪਾਂ ਵਾਇਰਸ ਦੀ ਫਰਾਂਸ ਦੇ ਵਿੱਚ ਆ ਸਕਦੇ ਤੇ ਲਗਾਤਾਰ ਕੇਸ ਜਿਹੜੇ ਆਹੋ ਫਰਾਂਸ ਦੇ ਵਿੱਚ ਵਧਦੇ ਜਾ ਰਹੇ ਆ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਸਤ ਸਤੰਬਰ ਤੱਕ ਜਿਹੜਾ ਕਿ ਫਰਾਂਸ ਦੇ ਵਿੱਚ ਫਿਰ ਜਿਹੜੇ ਆ ਕਿ ਕੇਸ ਵੱਧ ਸਕਦੇ ਨੇ ਫ੍ਰਾਂਸ ਦੇ ਵਿੱਚ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਦੋ ਤਰੀਕ ਯਾਨੀ ਕਿ ਅੱਜ ਤੋਂ 2 ਜੁਲਾਈ ਤੋਂ ਕਾਫੀ ਲੋਕ ਵਿਕਾਸ ਤੇ ਨਿਕਲ ਰਹੇ ਨੇ ਆਪਣੀਆਂ ਗੱਡੀਆਂ ਰਾਹੀਂ ਤੇ ਅਗਸਤ ਦੇ ਵਿੱਚ ਵੀ ਜਿਹੜਾ ਕਿ ਇਹੀ ਹਾਲ ਹੁੰਦਾ ਹੈ ਜੁਲਾਈ ਅਗਸਤ ਦੋ ਮਹੀਨੇ ਛੁੱਟੀਆਂ ਦੇ ਹੁੰਦੇ ਨੇ ਤੇ ਟ੍ਰੈਫਿਕ ਵਿਭਾਗ ਵੱਲੋਂ ਇੱਕ ਕੈਲੰਡਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਆਹ ਦੋ ਮਹੀਨੇ ਵੀਕਐਂਡ ਤੇ ਖਾਸ ਕਰਕੇ ਜਿਹੜਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਸਕਦਾ ਹੈ ਪੈਰਿਸ ਦੇ ਵਿੱਚ ਲੋਕ ਪੈਰਿਸ ਤੋਂ ਬਾਹਰ ਜਾ ਰਹੇ ਆ ਤੇ ਬਹੁਤ ਬਹੁਤ ਬਾਹਰ ਨਿਕਲ ਰਹੇ ਆ ਤੇ ਲੋਕ ਜਿਹੜੇ ਛੁੱਟੀਆਂ ਕੱਟਣ ਫਰਾਂਸ ਦੇ ਵਿੱਚ ਵੀ ਆ ਰਹੇ ਆ ਇਸ ਕਰਕੇ ਟ੍ਰੈਫਿਕ ਜਿਹੜਾ ਕਿ ਜ਼ਿਆਦਾ ਫਰਾਂਸ ਦੇ ਵਿੱਚ ਪੈਰਿਸ ਦੇ ਵਿੱਚ ਖਾਸ ਕਰਕੇ ਵੱਧ ਸਕਦਾ ਉਸ ਨੂੰ ਰੈੱਡ ਜ਼ੋਨ ਦੇ ਵਿੱਚ ਕੀਤਾ ਹੋਇਆ ਹੈ ਟ੍ਰੈਫਿਕ ਨੂੰ ਲੈ ਕੇ ਫਰਾਂਸ ਚ ਇੱਕ ਆਦਮੀ ਜਿਸ ਦੀ ਉਮਰ 75 ਸਾਲ ਦੀ ਫਾਈਜ਼ਰ ਵੈਕਸੀਨ ਦੇ ਨਾਲ ਉਸ ਦੀ ਮੌਤ ਹੋ ਗਈ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਵੀ ਸਿਰ ਦੀ ਪ੍ਰੋਬਲਮ ਨਹੀਂ ਸੀਗੀ ਤੇ ਪਰਿਵਾਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ ਕੰਪਨੀ ਖਿਲਾਫ ਹੁਣ ਦੇਖੋ ਜਿਹੜਾ ਕਿ ਕੀ ਬੰਦ ਹੈ ਜੀ ਬਿਜਲੀ ਨਾਲ ਚੱਲਣ ਵਾਲੇ 2 ਟੈਰਾਂ ਵਾਲੇ ਸਕੂਟਰ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖੇ ਹੋਣਗੇ ਪੈरिस ਦੇ ਵਿੱਚ ਆਮ ਹੀ ਜਿਸ ਨੂੰ ਕਿ ਤੁਰਤੀ ਨਾ ਕਿਹਾ ਜਾਂਦਾ ਤੇ ਉਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਲਾਹੌਰ ਨੇ ਤੇ ਸੰਧਨੀ ਮੈਰੀ ਵਾਲਿਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਆ 30 ਤਰੀਕ ਯਾਨੀ ਕਿ ਜਿਹੜੀ ਤਰੀਕ ਨਿਕਲ ਚੁੱਕੀ ਆ ਉਸ ਦਿਨ ਜਿਹੜੇ ਲੋਕਾਂ ਨੂੰ ਰੂਲ ਸਮਝਾਏ ਗਏ ਤੇ ਟ੍ਰੇਨਿੰਗ ਦਿੱਤੀ ਗਈ ਕਿ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਚਲਾਉਣਾ ਹੈ ਤੇ ਉਹਨਾਂ ਨੇ ਇੱਕ ਖੁੱਲੀ ਜਗ੍ਹਾ ਦੇ ਉੱਪਰ ਇੱਕ ਸਿਸਟਮ ਵੀ ਬਣਾਇਆ ਸੀ ਕਿ ਲੋਕ ਉੱਥੇ ਚਲਾ ਕੇ ਦੇਖ ਸਕਦੇ ਆ ਤੇ ਉਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਲੋਕਾਂ ਨੂੰ ਉਹ ਗਾਈਡ ਕਰ ਸਕਦੇ ਆ ਕੰਨਾਂ ਦੇ ਵਿੱਚ ਸਪੀਕਰ ਲਗਾ ਕੇ ਚਲਾਉਣ ਵਾਲੇ ਨੂੰ 1500 ਯੂਰੋ ਤੱਕ ਦਾ ਜੁਰਮਾਨਾ ਜਿਹੜਾ ਕਿ ਕੀਤਾ ਜਾ ਸਕਦਾ ਆ ਜੇਕਰ ਕੋਈ ਵੀ ਤੁਰਤੀ ਚਲਾਉਂਦਾ ਆ ਤਾਂ ਉਸ ਦੇ ਹੈੱਡਫੋਨ ਲੱਗੇ ਨੇ ਤਾਂ ਜੁਰਮਾਨਾ ਉਸ ਨੂੰ ਹੋਵੇਗਾ ਮੈਰੀਆਂ ਵੱਲੋਂ ਲਗਵਾਏ ਗਏ ਇਸ ਕੈਂਪ ਵਿੱਚ ਕਾਫੀ ਲੋਕਾਂ ਨੇ ਟ੍ਰੇਨਿੰਗ ਲੈਣ ਆਏ ਤੇ ਉਹਨਾਂ ਨੇ ਇਹ ਤਾਂ ਇਸ ਕਰਕੇ ਕੀਤਾ ਮੈਰੀਆਂ ਨੇ ਕਿਉਂਕਿ ਟ੍ਰੇਨਾਂ ਬੱਸਾਂ ਦੇ ਵਿੱਚ ਲੋਕ ਘੱਟ ਤੋਂ ਘੱਟ ਸਫ਼ਰ ਕਰਨ ਤੇ ਉਹ ਆਪਣੇ ਸਾਧਨ ਦੇ ਉੱਪਰ ਜ਼ਿਆਦਾ ਜਿਸ ਤਰੀਕੇ ਨਾਲ ਵੀ ਸਾਈਕਲ ਯੂਜ਼ ਕਰ ਸਕਦੇ ਆ ਜਾਂ ਤੁਰਤੀ ਯੂਜ਼ ਕਰ ਸਕਦੇ ਆ ਆਪਾਂ ਨੂੰ ਆਮ ਹੀ ਪੈਰਿਸ ਦੇ ਵਿੱਚ ਹੁਣ ਵੱਖ-ਵੱਖ ਕੰਪਨੀਆਂ ਦੇ ਬਿਜਲੀ ਵਾਲੇ ਸਾਈਕਲ ਜਾਂ ਦੂਸਰੇ ਸਾਈਕਲ ਜਿਨ੍ਹਾਂ ਦੇ ਸਿੱਕਾ ਬਾਕੇ ਚੱਲਦੇ ਨੇ ਜਾਂ QR ਕੋਡ ਤੋਂ ਚੱਲਦੇ ਨੇ ਖੜੇ ਆਮ ਹੀ ਮਿਲ ਜਾਂਦੇ ਨੇ ਉਸ ਦਾ ਕਾਰਨ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੈਰਿਸ ਦੇ ਵਿੱਚ ਵੱਧ ਤੋਂ ਵੱਧ ਲੋਕ ਜਿਹੜਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਗੇ ਕਿਉਂਕਿ ਜਿਹੜਾ ਕਿ ਭੀੜ ਭੜਕਾ ਬਹੁਤ ਜ਼ਿਆਦਾ ਜਿਹੜਾ ਕਿ ਪੈਰਿਸ ਦੇ ਵਿੱਚ ਵੱਧ ਰਿਹਾ ਆ ਪੈਰਿਸ ਤੋਂ 250 ਕਿਲੋਮੀਟਰ ਦੂਰ ਹੈ ਕੈਲੇ ਬਾਰਡਰ ਜਿਹੜਾ ਕਿ ਪੈਂਦਾ ਯਾਨੀ ਕਿ ਇੰਗਲੈਂਡ ਦੇ ਤੇ ਫ੍ਰਾਂਸ ਦੇ ਬਾਰਡਰ ਦੇ ਉੱਪਰ ਉੱਥੇ ਜਿਹੜਾ ਕਿ 마ਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਜੇਕਰ ਰੋਡ ਤੋਂ ਆਪਣੇ ਘਰ ਤੋਂ ਬਾਹਰ ਨਿਕਲਦਾ ਆ ਰੋਡ ਦੇ ਉੱਪਰ ਤਾਂ ਉਸ ਨੂੰ ਇੱਕ ਤਰੀਕ ਯਾਨੀ ਕਿ ਕੱਲ ਤੋਂ ਜਿਹੜਾ ਕਿ 18 ਜੁਲਾਈ ਤੱਕ ਲਾਗੂ ਕਰ ਦਿੱਤਾ ਗਿਆ ਕਿ 마ਸਕ ਪਾਉਣਾ ਜ਼ਰੂਰੀ ਹੈ ਤੇ 1350 ਤੱਕ ਦਾ ਜੁਰਮਾਨਾ ਹੋਵੇਗਾ ਜੇਕਰ ਕਿਸੇ ਨੇ 마ਸਕ ਨਾ ਪਾਇਆ ਹੋਵੇਗਾ ਕਿਉਂਕਿ 1 ਲੱਖ ਲੋਕਾਂ ਦੇ ਪਿੱਛੇ 50 ਕੇਸ ਫਰਾਂਸ ਦੇ ਵਿੱਚ ਆ ਰਹੇ ਨੇ ਇਸ ਕਰਕੇ ਇਥੋਂ ਦੀ ਮੈਰੀ ਵੱਲੋਂ ਐਲਾਨ ਕੀਤਾ ਗਿਆ ਆ ਪਹਿਲਾਂ ਇਹਨਾਂ ਨੇ ਕਿਹਾ ਤਾਂ ਸੀਗਾ ਕਿ ਤੁਸੀਂ ਮਾਸਕ ਨਹੀਂ ਲਗਾ ਸਕਦੇ ਮਾਸਕ ਤੋਂ ਛਟਕਾਰਾ ਮਿਲ ਗਿਆ ਪਰ ਹੁਣ ਦੁਬਾਰਤੋਂ ਫੇਰ ਇਹਨਾਂ ਨੇ ਕੇਸ ਵਾਧੇ ਦੇਖ ਕੇ ਇਸ ਚੀਜ਼ ਦਾ ਐਲਾਨ ਕਰਤਾ ਕਿ ਮਾਸਕ ਪਾਉਣਾ ਜ਼ਰੂਰੀ ਆ ਯਾਨੀ ਕਿ ਇੱਕ ਤਰੀਕ ਤੋਂ ਫਰਾਂਸ ਦੇ ਵਿੱਚ ਪੂਰੇ ਜਿ ਸਾਲਡ ਸੋਲਡ ਲੱਗ ਚੁੱਕੀ ਹੈ ਕੱਪੜਾ ਸਸਤਾ ਹੋ ਗਿਆ ਜਾਂ ਹੋਰ ਕੋਈ ਵੀ ਚੀਜ਼ਾਂ ਨੇ ਸਾਰੀਆਂ ਹੀ ਸਸਤੀਆਂ ਹੋ ਗਈਆਂ ਨੇ ਜੇਕਰ ਤੁਸੀਂ ਸ਼ੋਪਿੰਗ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਕਾਫੀ ਜਿਹੜੀਆਂ ਕਿ ਆਫਰ ਹਰ ਇੱਕ ਚੀਜ਼ ਦੇ ਉੱਪਰ ਚੱਲ ਰਹੀਆਂ ਨੇ ਪੁਰਤਗਾਲ ਦੇ ਵਿੱਚ ਰਾਤ ਦਾ ਕਰਫਿਊ ਸ਼ੁਰੂ ਹੋ ਗਿਆ ਜੀ ਲੈਸਬੋਆ ਤੇ ਹੋਰ 45 ਏਰੀਆਾਂ ਦੇ ਵਿੱਚ ਜਿਹੜਾ ਕਿ ਡੈਲਟਾ ਵੇਰੀਐਂਟ ਨੇ ਰਫ਼ਤਾਰ ਫੜੀ ਹੋਈ ਆ ਹਰ ਰੋਜ਼ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਜਿਹੜਾ ਕਿ ਕਰਫਿਊ ਆ ਪੁਰਤਗਾਲ ਦੇ ਵਿੱਚ ਲਗਾ ਦਿੱਤਾ ਗਿਆ ਆ ਕੈਫੇ ਰੈਸਟੋਰੈਂਟ 10:30 ਵਜੇ ਬੰਦ ਹੋ ਜਾ ਕਰਨਗੇ ਵੀਕਐਂਡ ਤੇ ਸ਼ਾਮਾਂ ਨੂੰ 3:30 ਵਜੇ ਬੰਦ ਹੋ ਜਾ ਕਰਨਗੇ ਇਹ ਸਿਸਟਮ ਕਰਫਿਊ ਦਾ ਲੈਸ ਬੋਆ ਦੇ ਵਿੱਚ ਪਹਿਲਾਂ ਹੀ ਚੱਲ ਰਿਹਾ ਸੀ ਤੇ ਦੂਜੇ ਏਰੀਆਾਂ ਦੇ ਵਿੱਚ ਹੁਣ ਇਹਨਾਂ ਨੇ ਐਲਾਨ ਕੀਤਾ ਆ ਬੁੱਧਵਾਰ ਨੂੰ 2000 ਨਵੇਂ ਕੇਸ ਸਾਹਮਣੇ ਆਏ ਨੇ ਪੁਰਤਗਾਲ ਦੀ 50% ਆਬਾਦੀ ਨੂੰ ਪਹਿਲਾ ਟੀਕਾ ਕਰੋਨਾ ਦਾ ਲੱਗ ਚੁੱਕਿਆ ਹੈ ਤੇ 32% ਲੋਕਾਂ ਨੂੰ ਦੋਵੇਂ ਟੀਕੇ ਜਿਹੜੇ ਆਕੇ ਲੱਗ ਚੁੱਕੇ ਨੇ ਉੱਥੇ ਹੀ WHO ਦਾ ਕਹਿਣਾ ਹੈ ਕਿ ਅਗਸਤ ਦੇ ਵਿੱਚ ਸਾਰੇ ਯੂਰਪ ਦੇ ਵਿੱਚ ਕੇਸ ਦੁਬਾਰਤੋਂ ਫੇਰ ਵੱਧ ਸਕਦੇ ਆ ਡੈਲਟਾ ਵੇਰੀਐਂਟ ਦੇ ਕਾਫੀ ਰਫਤਾਰ ਜਿਹੜੀ ਆਕੇ ਫੜੀ ਹੋਈ ਹੈ ਜੀ ਫ੍ਰਾਂਸ 'ਚ 9 ਜੁਲਾਈ ਤੋਂ ਡਿਸਕੋ ਜਿਹੜੇ ਆ ਉਹ ਖੁੱਲ ਜਾਣਗੇ ਪਰ ਵੈਕਸੀਨ ਦੇ ਦੋਵੇਂ ਡੋਜ਼ ਲੱਗੇ ਹੋਣੇ ਚਾਹੀਦੇ ਆ ਸਰਟੀਫਿਕੇਟ ਹੋਣਾ ਜ਼ਰੂਰੀ ਆ ਤਾਂ ਹੀ ਤੁਹਾਨੂੰ ਡਿਸਕੋ ਦੇ ਵਿੱਚ ਐਂਟਰੀ ਮਿਲ ਸਕਦੀ ਹੈ ਡਿਸਕੋ ਸਭ ਤੋਂ ਲੇਟ ਫ੍ਰਾਂਸ ਦੇ ਵਿੱਚ ਖੁੱਲੇ ਨੇ ਬਾਕੀ ਸਾਰੇ ਹੀ ادارے ਸਰਕਾਰੀ ਦਫ਼ਤਰ ਰੈਸਟੋਰੈਂਟ ਬਾਰ ਦੁਕਾਨਾਂ ਸਭ ਕੁਝ ਖੁੱਲ ਗਿਆ ਸੀਗਾ ਤੇ ਡਿਸਕੋ ਜਿਹੜੇ ਆ ਉਹਨਾਂ ਦਾ ਐਲਾਨ ਅੱਜ ਆ ਚੁੱਕਿਆ ਹੈ ਕਿ 9 ਤਰੀਕ ਨੂੰ ਖੁੱਲ ਜਾਣਗੇ ਤੇ ਇੱਕ ਹੋਰ ਜਿਹੜਾ ਕਿ ਠੱਗੀ ਧੋਖਾ ਚੱਲ ਰਿਹਾ ਤੇ ਬਹੁਤ ਜ਼ਰੂਰੀ ਇਹ ਗੱਲ ਆ ਜੀ ਧਿਆਨ ਦੇ ਨਾਲ ਸਾਰੇ ਜਾਣੇ ਸੁਣਿਓ ਜਿਨ੍ਹਾਂ ਦੇ ਕੋਲੇ ਲਾਇਕਾ ਦੀ SIM ਆ ਜਿਨ੍ਹਾਂ ਦੇ ਕੋਲ ਲਾਇਕਾ ਦੀ SIM ਆ ਪੁਰਾਣੀਆਂ ਨੇ ਚਾਹੇ ਨਵੀਆਂ ਨੇ ਇਹਨਾਂ ਲਾਇਕਾ ਦੀ SIMਾਂ ਦਾ ਪੂਰੇ ਯੂਰਪ ਦੇ ਵਿੱਚ ਲਾਇਕਾ ਦੀ SIMਾਂ ਵਰਤੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਜਿਹੜਾ ਡਾਟਾ ਆ ਉਹ ਲੀਕ ਹੋ ਚੁੱਕਿਆ ਜੀ ਡਾਟਾ ਲੀਕ ਤੋਂ ਭਾਵ ਕਿ ਕਿਸੇ ਸ਼ਰਾਰਤੀ ਲੋਕਾਂ ਦੇ ਕੋਲੇ ਤੁਹਾਡੇ ਫੋਨ ਨੰਬਰ ਜਾ ਚੁੱਕੇ ਨੇ ਤੇ ਤੁਹਾਨੂੰ ਉਹ ਫੋਨ ਕਰਦੇ ਨੇ ਕਿ ਤੁਹਾਡਾ ਲਾਟਰੀ ਨਿਕਲਈ ਆ ਸਾਡੇ ਤੋਂ ਤੁਸੀਂ 10000 ਯੂਰੋ ਲੈ ਲਓ ਜਾਂ 5000 ਯੂਰੋ ਲੈ ਲਓ ਤੇ ਇਦਾਂ ਵੱਖ-ਵੱਖ ਜਿਹੜੇ ਕਿ ਲਾਲਚ ਦਿੱਤੇ ਜਾਂਦੇ ਨੇ ਇਸ ਬਾਰੇ ਮੈਂ ਪਹਿਲਾਂ ਵੀ 3-4 ਵੀਡੀਓ ਬਣਾ ਚੁੱਕਿਆ ਤੇ ਇੱਕ ਵੀਰ ਵੱਲੋਂ ਇਸ ਬਾਰੇ ਮੈਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਪਰਸੋਂ ਹੀ ਇਹਨਾਂ ਲਾਟਰੀ ਵਾਲਿਆਂ ਦੀ ਕਾਲ ਆਈਏ ਤੇ ਉਸਨੇ ਦੱਸਿਆ ਕਿ ਉਸਦੇ ਕਾਫੀ ਯਾਰਾਂ ਦੋਸਤਾਂ ਦੇ ਨਾਲ ਇਸ ਲਾਟਰੀ ਨੂੰ ਲੈ ਕੇ ਠੱਗੀ ਵੀ ਵੱਜ ਚੁੱਕੀ ਆ ਤੁਹਾਨੂੰ ਫੋਨ ਲਾਉਂਦੇ ਨੇ ਤੁਹਾਨੂੰ ਪੰਜਾਬੀ ਬੋਲਦੇ ਨੇ ਉਹ ਕਹਿੰਦੇ ਨੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਲਾਟਰੀ ਨਿਕਲ ਗਈ ਆ 10000 ਯੂਰੋ ਦੀ ਤੇ ਤੁਸੀਂ ਅਮੀਰ ਬਣ ਗਏ ਹੋ ਤੇ ਤੁਸੀਂ ਆਪਣੇ SIM ਦੇ ਪਿਛਲੇ ਤਿੰਨ ਅੱਖਰ ਦੱਸੋ ਤੇ ਤੁਹਾਨੂੰ ਦੱਸਦੇ ਆ ਤੁਹਾਡੀ ਲਾਟਰੀ ਨਿਕਲੀ ਆ ਜ ਨਹੀਂ ਜੇ ਤੁਸੀਂ SIM ਦੇ ਪਿਛਲੇ ਤਿੰਨ ਨੰਬਰ ਦੱਸਦੇ ਹੋ ਤਾਂ ਉਹ ਕਹਿੰਦੇ ਨੇ ਕਿ ਮੁਬਾਰਕਾਂ ਤੁਹਾਨੂੰ 10000 ਯੂਰੋ ਨਿਕਲ ਆਇਆ ਤੇ ਤੁਸੀਂ ਇਦਾਂ ਕਰੋ ਆਹ ਨੰਬਰ ਆ ਦੂਸਰਾ ਦੰਦਾ ਤਾਂ ਤੁਹਾਨੂੰ ਪਹਿਲਾ ਨੰਬਰ ਕਾਲ ਆਉਂਦੀ ਆ ਪਾਕਿਸਤਾਨ ਦੇ ਨੰਬਰ ਤੋਂ +92 ਵਾਲੇ ਤੋਂ ਉਸ ਤੋਂ ਬਾਅਦ ਤੁਹਾਨੂੰ ਉਹ ਉਹ ਨੰਬਰ ਦੰਦੇ ਨੇ ਇੰਗਲੈਂਡ ਦਾ ਇੰਗਲੈਂਡ ਦਾ ਨੰਬਰ ਕਹਿੰਦੇ ਨੇ WhatsApp ਤੇ ਕਾਲ ਕਰੋ ਤੇ ਉੱਥੇ ਤੁਹਾਨੂੰ ਜੋ ਤੁਸੀਂ ਇੰਗਲੈਂਡ ਗੱਲ ਕਰਦੇ ਹੋ ਤਾਂ ਉਹ ਅੱਗੋਂ ਪੰਜਾਬੀ ਬੋਲਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਹਾਡੀ ਲਾਟਰੀ ਨਿਕਲਿਆ ਜੀ ਤੁਸੀਂ ਜਦੋਂ ਆਪਣਾ ਨੰਬਰ ਦੱਸਦੇ ਹੋ ਨਾਂ ਦੱਸਦੇ ਹੋ ਤੇ ਉਹ ਕਹਿੰਦੇ ਠੀਕ ਆ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਜਾਲੀ ਕਾਰਡ ਬਣਾ ਕੇ ਸੈਂਡ ਕਰਦੇ ਨੇ ਕਿ ਆਹ ਦੇਖੋ ਜੀ ਤੁਹਾਡਾ ਨਾਮ ਟੀਵੀ ਦੇ ਵਿੱਚ ਵੀ ਆਇਆ ਆ ਤੇ ਤੁਹਾਨੂੰ ਲਾਟਰੀ ਨਿਕਲੀ ਆ ਤੇ ਤੁਸੀਂ ਇਦਾਂ ਕਰੋ ਵੀ ਤੁਸੀਂ ਆਪਣੀ ਕੋਈ ਵੀ ਆਇਡੈਂਟੀ ਤੁਸੀਂ ਘੱਲੋ ਸਾਨੂੰ ਅਸੀਂ ਕਨਫਰਮ ਕਰਗੇ ਕਿ ਇਹ ਤੁਸੀਂ ਜੋ ਤੁਸੀਂ ਆਪਣੇ ਪਾਸਪੋਰਟ ਦੀ ਫੋਟੋਕਾਪੀ ਜਾਂ ਆਇਡੈਂਟੀ ਦੀ ਘੱਲਦੇ ਹੋ ਤਾਂ ਉਹ ਰੱਖ ਲੈਂਦੇ ਨੇ ਤੇ ਉਹ ਰੱਖਣ ਦਾ ਕਾਰਨ ਇਹ ਹੁੰਦਾ ਕਿ ਜਦੋਂ ਕਿਸੇ ਹੋਰ ਨਵੇਂ ਬੰਦੇ ਨਾਲ ਗੱਲ ਕਰਦੇ ਨੇ ਨਵੇਂ ਕਿਸੇ ਲੋਕਾਂ ਨੂੰ ਜਾਲ ਦੇ ਵਿੱਚ ਆਪਣੇ ਪਸਾਉਂਦੇ ਨੇ ਤੇ ਉਹਨਾਂ ਨੂੰ ਤੁਹਾਡੀ ਆਇਡੈਂਟੀ ਘੱਲ ਦਿੰਦੇ ਨੇ ਵੀ ਮੈਂ ਮੇਰੀ ਆਇਡੈਂਟੀ ਆਹਾ ਆ ਮੈਂ ਆਹਾ ਤੇਰੇ ਨਾਲ ਫੋਨ ਦੇ ਉੱਪਰ ਗੱਲ ਕਰ ਰਿਹਾ ਆ ਤਾਂ ਮੇਰੀ ਆਹਾ ਆਇਡੈਂਟੀ ਤੂੰ ਦੇਖ ਲੈ ਵੀ ਮੈਂ ਸਹੀ ਆ ਮੈਂ ਝੂਠ ਨਹੀਂ ਬੋਲਦਾ ਬਾਬੇ ਨਾਨਕ ਦੀ ਮੈਨੂੰ ਸੌ ਲੱਗੇ ਵਾਹਿਗੁਰੂ ਦੀ ਸੌ ਲੱਗੇ ਅੱਲਾਹ ਦੀ ਸੌ ਲੱਗੇ ਵੀ ਬਹੁਤ ਝੂਠੀਆਂ ਜਿਹੜੀਆਂ ਕਿ ਸੌਹਾ ਖਾ ਕੇ ਆਪਣੇ ਵੱਲੋਂ ਪੂਰੀ ਕਸਰ ਨਹੀਂ ਛੜਦੇ ਕਿ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਪਸਾ ਲੈਣ ਫਿਰ ਉਹ ਕਹਿੰਦੇ ਨੇ ਕਿ ਵੈਸਟਰਨ ਯੂਨੀਅਨ ਦੇ ਉੱਪਰ ਤੁਸੀਂ ਜਾਓ ਤੇ ਅਕਾਊਂਟ ਦੇ ਵਿੱਚ 100 ਯੂਰੋ ਜਾਂ 200 ਯੂਰੋ ਪਾਓ ਤੇ ਧਾਰਨਾ ਜਿਹੜਾ ਕਿ ਟੈਕਸ ਤੁਹਾਨੂੰ ਉਤਾਰਨਾ ਪੈਣਾ ਆ ਤੇ ਉਹ ਤੁਹਾਨੂੰ ਵਾਰ-ਵਾਰ ਕਾਲ ਕਰਦੇ ਨੇ ਕਿ ਆਪਣਾ ਟੈਕਸ ਤਾਰੋ ਤੇ ਆਪਣੀ ਜਿਹੜੀ ਆ ਇਹੇ ਰਾਕਮਾ ਹੁ ਲੋ ਜੋ ਇਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਦੇ ਵਿੱਚੋਂ ਹੀ ਕੱਟ ਲਓ ਪੈਸੇ ਬਾਕੀ ਸਾਨੂੰ ਦੇ ਦਿਓ ਤਾਂ ਫਿਰ ਉਹ ਕਹਿੰਦੇ ਨੇ ਨਹੀਂ ਏਦਾਂ ਨਹੀਂ ਹੋ ਸਕਦਾ ਸਾਡੀ ਇਹ ਪਾਲਿਸੀ ਆ ਤੁਹਾਨੂੰ ਪੈਸੇ ਦੇਣੇ ਪੈਣਗੇ ਸਾਡੇ ਅਫਸਰ ਵਿੱਚ ਕਾਲ ਕਾਲ ਦੇ ਨੇ ਤੇ ਉਹ ਸਾਰੀਆਂ ਗੱਲਾਂ ਸੁਣ ਰਹੇ ਨੇ ਤੇ ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਕਿ ਜਦੋਂ ਤੁਹਾਨੂੰ ਉਹ ਅਕਾਊਂਟ ਨੰਬਰ ਸੈਂਡ ਕਰਦੇ ਨੇ ਤੇ ਉਹ ਅਕਾਊਂਟ ਨੰਬਰ ਇੰਡੀਆ ਦਾ ਹੁੰਦਾ ਹੈ ਵੀ ਕਹਿਣਾ ਮਤਲਬ ਕਿ ਹੁਣ ਪਤਾ ਹੀ ਨਹੀਂ ਇਸ ਚੀਜ਼ ਦੇ ਪਿੱਛੇ ਕੌਣ ਆ ਕੌਣ ਨਹੀਂ ਹੈਗਾ ਪਹਿਲੀ ਕਾਲ ਪਾਕਿਸਤਾਨ ਦੇ ਨੰਬਰ ਤੋਂ ਦੂਸਰੀ ਕਾਲ ਅੰਗਲੈਂਡ ਦੇ ਨੰਬਰ ਤੋਂ ਜੋ ਸਭ ਕੁਝ ਓਕੇ ਹੋ ਜਾਣਾ ਤੱਕ ਅਕਾਊਂਟ ਨੰਬਰ ਇੰਡੀਆ ਦਾ ਦਿੰਦੇ ਨੇ ਉਹ ਤੇ ਸਾਰੇ ਮੇਰੇ ਵੀਰ ਬੱਚੋ ਖਾਸ ਕਰਕੇ ਜਿਹੜੇ ਲਾਈਕਾਂ ਦਾ ਸਿਮ ਇਸਤੇਮਾਲ ਕਰਦੇ ਨੇ ਸਿਮ ਚੇਂਜ ਕਰੋ ਸਿਮ ਕਿਸੇ ਹੋਰ ਕੰਪਨੀ ਦਾ ਲੈ ਲਓ ਫ੍ਰੀ ਦੇ ਸਿਮ ਵੀ ਮਿਲ ਜ ਜਾਂਦੇ ਆ ਅੱਜ ਕੱਲ ਤੇ ਤੁਸੀਂ ਸਿਮ ਚੇਂਜ ਕਰ ਦੋ ਸਭ ਤੋਂ ਵਧੀਆ ਇਸ ਚੀਜ਼ ਦਾ ਹੱਲ ਹੈ ਵੀ ਐਵੇਂ ਕਿਸੇ ਦਾ ਨੁਕਸਾਨ ਨਾ ਹੋਵੇ ਬਹੁਤ ਲੋਕਾਂ ਦਾ ਜਿਹੜਾ ਕਿ ਇਸ ਲਾਟਰੀ ਦੀ ਚੱਕਰ ਦੇ ਵਿੱਚ ਨੁਕਸਾਨ ਹੋ ਚੁੱਕਿਆ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਹਰ ਇੱਕ ਦੀ ਫੇਸਬੁੱਕ ਦੀ ਆਈਡੀ ਹੈਗੀ ਆ ਜਿੰਨੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਵੀਡੀਓ ਉਹਨਾਂ ਲੋਕੀ ਦੇਖਣਗੇ ਤੇ ਉਹਨਾਂ ਹੀ ਵੀਡੀਓ ਆਪਾਂ ਜ਼ਿਆਦਾ ਤੁਹਾਡੇ ਵਾਸਤੇ ਬਣਾ ਸਕਦੇ ਹਾਂ ਜੀ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖਿਓ ਸასი ਸ਼ਾਲ ਨਮਸਤੇ ਸਲਾਮ ਅਲੈਕੁਮ ਤੁਹਾਨੂੰ